ਸਤਿ ਸ਼੍ਰੀ ਅਕਾਲ ਪੰਜਾਬੀਓ, ਅਸੀਂ ਇਸ ਟਾਈਮ ਬਠਿੰਡਾ ਮਾਨਸਾ ਦੋਨਾਂ ਜ਼ਿਲ੍ਹਿਆਂ ਦੀ ਹੱਦ ਤੇ ਖੜੇ ਹਾਂ, ਜਿੱਥੇ ਪਿੰਡ ਪੈਂਦਾ ਭਾਈ ਦੇਸਾ। ਇੱਥੇ ਕੱਲ੍ਹ ਤੋਂ ਹਜ਼ਾਰਾਂ ਮਸ਼ੀਨਾਂ ਵਾਲਿਆਂ ਨੇ ਇੱਥੇ ਰੋਡ ਜਾਮ ਕੀਤਾ ਹੋਇਆ, ਆਪਦੀਆਂ ਮਸ਼ੀਨਾਂ ਲੈ ਕੇ ਸਾਰੇ ਆਪਰੇਟਰ ਪਹੁੰਚੇ ਹੋਏ ਆ। ਮੈਂ ਤੁਹਾਨੂੰ ਸਾਰੀਆਂ ਮਸ਼ੀਨਾਂ ਦਿਖਾਵਾਂਗੀ, ਚੱਲ ਤੇਜ਼ ਤੁਰ। ਹਜ਼ਾਰਾਂ ਦੇ ਹਿਸਾਬ ਨਾਲ ਮਸ਼ੀਨਾਂ ਨੇ ਇੱਥੇ ਪ੍ਰਦਰਸ਼ਨ ਤੌਰ 'ਤੇ ਪ੍ਰਦਰਸ਼ਨ ਕੀਤਾ ਹੋਇਆ, ਅਤੇ ਕੱਲ੍ਹ 10 ਵਜੇ ਤੋਂ ਸਾਰੇ ਵੀਰ ਇੱਥੇ ਪਹੁੰਚੇ ਹੋਏ ਆਪੋ ਆਪਣੀਆਂ ਮਸ਼ੀਨਾਂ ਲੈ ਕੇ। ਬੜੇ ਦੁੱਖ ਦੀ ਗੱਲ ਹੈ, ਪਿਛਲੇ ਲੰਮੇ ਦਿਨਾਂ ਤੋਂ ਸਾਡਾ ਜਿਹੜਾ ਕਿਸਾਨ ਹੈ ਉਹ ਸੜਕਾਂ 'ਤੇ ਉਤਰਿਆ ਹੋਇਆ। ਜੋ ਸੈਂਟਰ ਸਰਕਾਰ ਨੇ ਬਿੱਲ ਪਾਸ ਕੀਤੇ ਨੇ, ਮਾਰੂ ਬਿੱਲ, 3 ਆਰਡੀਨੈਂਸ, ਅਤੇ ਇਹ ਜਿਹੜਾ ਹੈਗਾ ਸਟੇਟ ਲੈਵਲ 'ਤੇ ਸਾਡੇ ਪੰਜਾਬ ਦੀ ਸਰਕਾਰ ਨੇ ਕੰਪਾਈਨਾਂ ਵਾਲਿਆਂ ਨੂੰ, ਮਸ਼ੀਨਾਂ ਵਾਲਿਆਂ ਨੂੰ ਵੀ ਤੰਗ ਕੀਤਾ ਹੋਇਆ। ਇਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ ਬਾਈ ਹੋਰਾਂ ਨਾਲ, ਪੁੱਛਦੇ ਹਾਂ ਉਹਨਾਂ ਨੂੰ ਕੀ ਉਹਨਾਂ ਦੀ ਮੰਗ ਹੈ, ਕੀ ਪ੍ਰੋਬਲਮ ਹੈ। ਕਾਸ਼ ਤਾਂ ਉਹਨਾਂ ਨੂੰ ਆਪਣੇ ਘਰ ਖੜੀਆਂ ਐਡੇ ਐਡੇ ਵੱਡੇ ਵੱਡੀਆਂ ਮਸ਼ੀਨਾਂ ਲੈ ਕੇ ਸੜਕਾਂ 'ਤੇ ਆਉਣਾ ਪਿਆ, ਹਜ਼ਾਰਾਂ ਦੇ ਹਿਸਾਬ ਨਾਲ ਕੰਪਾਈਨਾਂ ਇੱਥੇ ਪਹੁੰਚੀਆਂ ਹੋਈਆਂ ਨੇ। ਕੱਲ੍ਹ ਤੋਂ ਅਣਮਿੱਥੇ ਸਮੇਂ ਲਈ ਇੱਥੇ ਇਹ ਪਹੁੰਚੇ ਹੋਏ ਨੇ। ਕਰਦੇ ਹਾਂ ਗੱਲਬਾਤ, ਕੰਬਾਈਨਾਂ ਤਾਂ ਤੁਹਾਨੂੰ ਅਸੀਂ ਦਿਖਾਈ ਨਹੀਂ ਸਕਦੇ, ਕਿਲੋਮੀਟਰਾਂ ਦੇ ਹਿਸਾਬ ਨਾਲ ਖੜੀਆਂ ਹੋਈਆਂ ਨੇ। ਠੀਕ ਹੈ ਜੀ, ਜਿਹੜੀ ਮੇਨ ਮੰਗ ਹੈ ਜੀ, ਉਹ ਨਾ ਪਿਛਲੇ 2-3 ਸਾਲਾਂ ਤੋਂ ਪ੍ਰਸ਼ਾਸਨ ਯਾਨੀ ਕਿ ਪੰਜਾਬ ਸਰਕਾਰ ਕਹਿ ਰਹੀ ਆ ਵੀ ਤੁਸੀਂ ਇੱਕ SMS ਨਾਂ ਦਾ ਪੁਰਜਾ ਲੱਗਦਾ ਮਸ਼ੀਨ ਦੇ ਪਿੱਛੇ, ਜਿਹਦੇ ਨਾਲ ਪਰਾਲੀ ਨੂੰ ਉਹ ਕੁਤਰ ਕੇ ਸਿੜਦਾ, ਜਿਹਦੇ ਨਾਲ ਪਰਾਲੀ ਤੁਸੀਂ ਵਾਹਣ ਦੇ ਵਿੱਚ ਸਾੜ ਸਕਦੇ ਹੋ। ਪਰ ਉੱਥੇ ਇਹਨਾਂ ਨੂੰ ਆਪਾਂ ਨੂੰ ਬਾਈਆਂ ਨੂੰ ਪੁੱਛਦੇ ਹਾਂ ਇਹਨਾਂ ਨੂੰ ਲਵਾਉਣ ਦੇ ਵਿੱਚ ਕੀ ਪ੍ਰੋਬਲਮ ਹੈ, ਕਿੰਨੇ ਕੁ ਦਾ ਉਹ ਪੁਰਜਾ, ਕਿੰਨਾ ਕੁ ਇਹਨਾਂ ਨੂੰ ਜਿਹੜੀ ਹੈਗੀ ਹੈ ਪ੍ਰੋਬਲਮ ਹੈ, ਤਕਲੀਫ ਹੈ ਮਤ ਵੱਲੋਂ ਪੁਰਜਾ ਲਵਾਏ ਤੋਂ, ਕੀ ਗੱਲ ਹੈ, ਕੀ ਇਹਨਾਂ ਦਾ ਨੁਕਸਾਨ ਆ ਉਹ ਲਵਾਏ ਤੋਂ। ਕਰਦੇ ਹਾਂ ਗੱਲਬਾਤ, ਠੀਕ ਹੈ ਜੀ, ਆ ਜਾਓ ਬਣੇ ਰਹੋ ਸਾਡੇ ਨਾਲ। ਇਹ ਮੇਨ ਜਿਹੜੇ ਇਹਨਾਂ ਦੇ ਲੀਡਰ ਇਸ ਮਸ਼ੀਨ ਦੇ ਉੱਤੇ ਸਾਰੇ ਸਮਝਾਉਂਦੇ ਆ ਕਿਸ ਤਰ੍ਹਾਂ ਆਪਾਂ ਜਾਬਤੇ 'ਚ ਰਹਿਣਾ। ਇਹ ਮਸ਼ੀਨਾਂ ਦੇ ਉੱਤੇ ਇਹਨਾਂ ਨੇ ਆਪਦਾ ਲਾਇਆ ਹੋਇਆ ਸਪੀਕਰ ਵਗੈਰਾ, ਅਤੇ ਵਿਚਾਰੇ ਵਿਹਲੇ ਬੈਠੇ ਤਾਸ਼ ਖੇਡਦੇ ਆ ਅਣਮਿੱਥੇ ਸਮੇਂ ਲਈ, ਅਤੇ ਕਰਦੇ ਆਪਾਂ ਬਾਈ ਹੋਰਾਂ ਨਾਲ ਗੱਲਬਾਤ। ਪੰਜਾਬ ਸਰਕਾਰ ਮੁਰਦਾਬਾਦ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਆਪਣਾ ਜੀ? ਮੇਰਾ ਇੰਦਰਜੀਤ ਸਿੰਘ ਜੀ। ਅੱਛਾ, ਕੀ ਤੁਹਾਡੀ ਕੀ ਮੰਗ ਹੈ? ਤੁਸੀਂ ਕੱਲ੍ਹ ਤੋਂ ਇੱਥੇ ਸੜਕ ਜਾਮ ਕੀਤੀ ਹੋਈ ਹੈ, ਐਡੇ ਐਡੇ ਮਸ਼ੀਨਾਂ ਲੈ ਕੇ ਖੜੇ ਹੋ ਹਜ਼ਾਰਾਂ ਦੀ ਗਿਣਤੀ 'ਚ, ਮੇਨ ਤੁਹਾਡੀ ਕੀ ਮੰਗ ਹੈ, ਕੀ ਹੈ? ਇਹ ਸਾਨੂੰ ਸਰਕਾਰ ਧੱਕੇ ਨਾਲ ਕਹਿੰਦੀ ਵੀ SMS ਲਾਓ ਮਸ਼ੀਨਾਂ 'ਤੇ। SMS ਕੀ ਹੁੰਦਾ? ਇਹ ਮਸ਼ੀਨ ਦੇ ਇੱਕ ਪਿੱਛੇ ਯੰਤਰ ਲੱਗਦਾ ਵੀ ਜਿਹੜਾ ਉਹ ਪਰਾਲੀ ਪਿੱਛੇ ਡਿੱਗਦੀ ਉਹਨੂੰ ਕੁਤਰ ਕੇ ਸਿੱਟੂਗਾ ਉਹ। ਅੱਛਾ, ਫਿਰ ਤੁਹਾਨੂੰ ਲਾਉਣ ਦੇ ਵਿੱਚ ਕੀ ਪ੍ਰੋਬਲਮ ਹੈ, ਕਾਹ ਤੋਂ ਨਹੀਂ ਲਵਾਉਂਦੇ ਤੁਸੀਂ? ਇੱਕ ਤਾਂ ਉਹਦੇ ਨਾਲ ਜੀ, ਜਿਵੇਂ ਹੁਣ ਜਿਹੜੀਆਂ ਟਰੈਕਟਰ ਵਾਲੀਆਂ ਮਸ਼ੀਨਾਂ ਉਹ ਤਾਂ ਜੇ SMS ਲਾਉਂਦੇ ਤਾਂ ਖਤਮ ਹੀ ਹੁੰਦੀਆਂ, ਜਿਵੇਂ ਟਰੈਕਟਰ ਦੀ ਪਾਵਰ ਥੋੜ੍ਹੀ ਹੁੰਦੀ ਹੈ, ਉਹਦੇ ਤਾਂ ਇਹ ਚੀਜ਼ ਕਾਮਯਾਬ ਹੈ ਹੀ ਨਹੀਂ। ਅੱਛਾ, ਜੇ ਵੱਡੀਆਂ ਇੰਜਣ ਵਾਲੀਆਂ ਮਸ਼ੀਨਾਂ 'ਤੇ ਅਸੀਂ ਲਾਉਣੇ ਹੈ ਤਾਂ ਇੱਕ ਤਾਂ ਉਹਦੇ ਨਾਲ ਡੀਜ਼ਲ ਖਰਚਾ ਵੱਧ ਹੈ। ਅੱਛਾ, ਜੇ ਮਸ਼ੀਨ ਹੱਥ ਨੂੰ 20 ਕਿੱਲੇ ਕੱਢਦੀ ਹੈ ਤਾਂ ਹੱਥ ਨੂੰ 7-8 ਕਿੱਲੀ ਕੱਟੂ। ਅੱਛਾ, ਦੂਜਾ ਨੰਬਰ ਜਿਹੜੇ ਦੂਜੇ ਕਿਸਾਨ ਨੇ 2-2, 4-4 ਕਿੱਲੇ ਵਾਲੇ, ਉਹਨਾਂ 'ਤੇ ਅਸਰ ਪਊਗਾ ਵੀ ਵਾਢੀ ਜੇ ਹੁਣ 1500 ਚੱਲਦੀ ਹੈ 2500 ਰੁਪਇਆ। ਠੀਕ ਹੈ, ਜਿਹੜੇ ਮਸ਼ੀਨਾਂ ਵਾਲੇ ਆ ਮੰਗ ਕਰਨਗੇ ਇਸ ਚੀਜ਼ ਦੀ, ਅਤੇ ਇੱਕ ਇਹਦੇ ਨਾਲ ਹੱਲ ਹੈ ਹੀ ਨਹੀਂ। ਜਿਹੜਾ ਆਪਾਂ ਕੁਤਰ ਕੇ ਉਹਦੇ ਸਿੱਟ ਦਿਆਂਗੇ ਨਾ, 3 ਫੁੱਟ ਕੱਦ ਹੁੰਦਾ ਘੱਟ ਤੋਂ ਘੱਟ, ਝੋਨੇ ਦਾ 2.5 ਫੁੱਟ, ਉਹ 1.25 ਫੁੱਟ ਤਾਂ ਤੋਂ ਮਸ਼ੀਨ ਕੱਟਦੀ ਉਹਨੂੰ ਕੁਤਰ ਕੇ ਸ਼ੁਰੂ, ਜਿਹੜਾ 2.5 ਫੁੱਟ 2 ਫੁੱਟ ਕਰਚੇ ਰਹਿ ਗਏ ਅਤੇ ਉਹਨਾਂ ਦਾ ਕੋਈ ਹੱਲ ਨਹੀਂ, ਅੱਗ ਹੀ ਲਾਉਣੀ ਪਊ। ਜਿਹੜਾ ਉਹ ਕੁਤਰ ਕੇ ਸਿੱਟਾਂਗੇ ਅਸੀਂ, ਜੇ ਤਾਂ ਉਹਦੇ ਨਾਲ ਪਰਾਲੀ ਦਾ ਮਸਲਾ ਹੁੰਦਾ ਹੋਵੇ ਫਿਰ ਤਾਂ ਅਸੀਂ ਲਵਾ ਸਕਦੇ ਹਾਂ। ਜਦੋਂ ਉਹਦਾ ਹੱਲ ਹੀ ਨਹੀਂ ਤਾਂ ਫਿਰ ਵਾਧੂ ਦਾ ਖਰਚਾ ਸਾਡੇ 'ਤੇ ਕਿਉਂ ਇਹ ਬੋਝ ਪਾਇਆ ਜਾਂਦਾ? ਜਿਹੜਾ ਉਹ ਪੁਰਜਾ ਕਿੰਨੇ ਕੁ ਪੈਸਿਆਂ ਦਾ? ਉਹ ਪੁਰਜਾ ਦਾ ਜੀ, ਜਦੋਂ ਇਹ ਸਬਸਿਡੀ ਦੇ ਨਾਲ ਆ ਜਾਂਦਾ, ਕੋਈ ਵੀ ਚੀਜ਼ ਆ ਜਿਹੜੀ 10,000 ਦੀ ਉਹ 20 ਦੀ ਹੋ ਜਾਂਦੀ ਹੈ। ਜਿਵੇਂ ਇਹ 30-35 ਹਜ਼ਾਰ ਦਾ ਪੁਰਜਾ, ਇਹ 1,00,000 ਦਾ ਵੀ ਲਾਈ ਜਾਂਦੇ ਨੇ, 70,000 ਦਾ ਵੀ ਲਾਈ ਜਾਂਦੇ ਨੇ। ਸਬਸਿਡੀ ਮਿਲੂ, ਕਿਸੇ ਨੂੰ ਮਿਲਦੀ ਹੈ, ਕਿਸੇ ਨੂੰ ਨਹੀਂ ਮਿਲਦੀ, ਖੱਜਲ ਖੁਆਰੀ ਹੈ ਇਹਦੇ ਨਾਲ। ਅੱਛਾ, ਡੀਜ਼ਲ ਖਰਚਾ ਵੱਧਦਾ, ਤੇ ਜਿਹੜੀਆਂ ਛੋਟੀਆਂ ਟਰੈਕਟਰ ਵਾਲੀਆਂ ਮਸ਼ੀਨਾਂ ਉਹਨਾਂ ਦੀ ਪਾਵਰ ਹੈ ਨਹੀਂ, ਉਹਨੂੰ ਚਲਾ ਨਹੀਂ ਸਕਦੀਆਂ, ਤੇ ਵੱਡੀਆਂ ਜੇ ਚਲਾਉਂਦੀਆਂ ਤਾਂ ਤੀਜੇ ਹਿੱਸੇ ਦਾ ਜਿਹੜਾ ਵਾਹਨ ਕੱਟਣਗੀਆਂ। ਜਿਵੇਂ ਜਦੋਂ ਹੁਣ ਮਸ਼ੀਨ ਝੋਨਾ ਵੱਢੂ, ਜਿਹੜਾ ਮਗਰ ਨੁਕਸਾਨ ਹੋਊ ਉਹਦਾ ਪਤਾ ਨਹੀਂ ਲੱਗਣਾ, ਘੱਟ ਤੋਂ ਘੱਟ ਵੀ 2-2.25 ਕੁਆਟਲ ਝੋਨਾ। ਅੱਛਾ, ਜੇ ਮਸ਼ੀਨ ਪਿੱਛੇ ਦਾਣਾ ਮਾਰਦੀ ਹੈ ਤਾਂ ਉਹਦੇ ਕੁਤਰੇ ਹੋਏ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ? ਅੱਛਾ, ਇਹ ਸਰਕਾਰ ਹੱਲ ਕੱਢਣਾ ਚਾਹੁੰਦੀ ਹੈ ਵੀ ਪਰਾਲੀ ਵਿੱਚ ਮੋਹਣ ਵਾਸਤੇ ਕਿਸਾਨ ਮਜਬੂਰ ਹੋ ਜੇ, ਮਜਬੂਰ ਹੋ ਜੇ। ਉੱਥੇ ਬੋਝ ਆਮ ਜ਼ਿਮੀਦਾਰ ਤੇ ਵੀ ਪਊਗਾ, ਜ਼ਿਮੀਦਾਰ ਦੇ ਵੱਡੀ ਦੀ ਵੀ ਹੈ ਉੱਥੇ, ਆਮ ਜ਼ਿਮੀਦਾਰ ਤੇ ਇਹ ਵੀ ਬੋਝ ਪਊਗਾ, ਜਿੱਥੇ ਤੁਸੀਂ ਡੀਜ਼ਲ ਇੰਨਾ ਮਹਿੰਗਾ ਹੈ, ਡੀਜ਼ਲ ਦੁੱਗਣਾ ਕਰ ਦੂ ਮਸ਼ੀਨ ਡੇਢਾ, ਹਾਂ ਦੁੱਗਣਾ ਕਰੂਗਾ, ਦੁੱਗਣਾ ਕਰੂਗੀ ਤੇ ਤੁਸੀਂ ਵਾਢੀ ਵੀ ਦੁੱਗਣੇ ਦੇ ਹੱਕਦਾਰ ਹੋ। ਤੇ ਪਰ ਉੱਥੇ ਜਿਹੜਾ ਜ਼ਿਮੀਦਾਰ ਕੋਈ 2 ਕਿੱਲਿਆਂ ਵਾਲਾ, 1.5 ਕਿੱਲਿਆਂ 4 ਕਿੱਲਿਆਂ ਵਾਲਾ, ਉਹਨੂੰ ਜਿਹੜੀ ਵਢਾਈ ਉਹ ਵੀ ਦੁੱਗਣੀ ਦੇਣੀ ਪਊਗੀ, ਹੈਨਾ? ਮਾਰਿਆ ਗਿਆ ਜੀ ਉਦੋਂ। ਅੱਛਾ, ਤੇ ਹੁਣ ਤੁਸੀਂ ਕੀ ਚਾਹੁੰਦੇ ਹੋ, ਤੇ ਤੁਹਾਡੀ ਮੇਨ ਮੰਗ ਕੀ ਹੈ ਇੱਥੇ ਇਕੱਠੇ? ਸਾਡੀ ਇਹ ਮੰਗ ਹੈ ਵੀ ਸਾਨੂੰ ਸਰਕਾਰ ਆਖੇ ਵੀ ਤੁਸੀਂ ਬਿਨਾਂ SMS ਤੋਂ ਮਸ਼ੀਨਾਂ ਚਲਾਓ ਤੇ ਝੋਨਾ ਵੱਢੋ, ਇਹ ਸਾਡੀ ਮੰਗ ਹੈ। ਅਸੀਂ ਕੱਲ ਸਵੇਰ 10 ਵਜੇ ਤੋਂ ਲੈ ਕੇ ਇਹ ਧਰਨਾ ਲਾਇਆ ਹੋਇਆ, ਸੜਕ ਜਾਮ ਕਰੀ ਹੈ ਇਹ। ਅੱਛਾ,
ਸਾਡੇ ਕੋਲੇ ਕੱਲ ਆਇਆ ਸੀਗਾ, ਸਵੇਰੇ ਵੀ ਪ੍ਰਸ਼ਾਸਨ ਆਇਆ ਸੀ, ਉਦੋਂ ਬਾਅਦ ਸ਼ਾਮ ਨੂੰ 5 ਵਜੇ ਸਾਨੂੰ ਕਹਿੰਦੇ ਵੀ ਇਹ ਰੋਡ ਚਾਲੂ ਕਰ ਦਿਓ ਤੁਸੀਂ, ਵੀ ਕੱਲ ਨੂੰ ਗੱਲ ਸੁਣੀ ਜਾਊ। ਪਰ ਇਹ ਸਰਕਾਰ ਆ ਜਿਹੜੀ ਸਾਨੂੰ ਲਾਰੇ ਲਾ ਰਹੇ ਨੇ, ਜਿਹੜੇ ਪ੍ਰਸ਼ਾਸਨ ਵਾਲੇ ਨੇ, ਇਹ ਸਾਡਾ ਕੋਈ ਹੱਲ ਨਹੀਂ ਕਰ ਰਹੇ। ਕੱਲ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਆਏ ਸੀ ਤੁਹਾਡੇ, ਉਹਨਾਂ ਨੇ ਗੱਲ ਸੁਣੀ ਜਾਂ ਲਾਰਾ ਲਾਇਆ ਜਾਂ ਕੀ ਕਿਹਾ ਉਹਨਾਂ ਨੇ, ਜਾਂ ਵੀ ਤੁਹਾਡੀ ਗੱਲ ਸੁਣ ਕੇ ਜਾਂ ਮੰਗ ਪੱਤਰ ਲੈ ਕੇ ਮੁੜ ਗਏ ਜਾਂ ਦੁਬਾਰੇ ਆਉਣ ਵਾਸਤੇ ਕਹਿ ਗਏ ਜਾਂ ਧਰਨਾ ਚੁਕਾਉਣ ਵਾਸਤੇ, ਕੀ ਕਿੱਥੇ ਗੱਲ ਖੜੀ ਆ? ਸਾਨੂੰ ਕਹਿੰਦੇ ਵੀ ਤੁਸੀਂ ਰੋਡ ਚਾਲੂ ਕਰ ਦਿਓ, ਅਸੀਂ ਤੁਹਾਡੀ ਕੱਲ ਨੂੰ 11 ਵਜੇ ਗੱਲ ਸੁਣਾਂਗੇ। ਸਾਨੂੰ ਉਹਨਾਂ ਨੇ ਡੀਸੀ ਨਾਲ ਮੀਟਿੰਗ ਕਰਾਵਾਂਗੇ, ਕੋਈ ਭਰੋਸਾ ਨਹੀਂ ਦਿੱਤਾ ਸਾਨੂੰ ਵੀ ਤੁਹਾਡਾ ਪੱਕਾ ਹੀ ਹੱਲ ਕਰ ਦਿਆਂਗੇ। ਅੱਛਾ, ਭਰੋਸਾ ਕਰਕੇ ਅਸੀਂ ਤੁਸੀਂ ਹੁਣ ਅਣਮਿੱਥੇ ਸਮੇਂ ਲਈ, ਜਿੰਨਾ ਚਿਰ ਤੁਹਾਡਾ ਹੱਲ ਨਹੀਂ ਹੁੰਦਾ ਇੱਥੇ ਮਸ਼ੀਨਾਂ ਚਿਰ ਸਾਡਾ ਕੋਈ ਹੱਲ ਨਹੀਂ ਹੁੰਦਾ ਇੱਥੇ ਮਸ਼ੀਨਾਂ ਖੜੀਆਂ। ਜੇ ਅੱਜ ਹੱਲ ਹੁੰਦਾ ਹੀ ਹੁੰਦਾ ਨਹੀਂ ਫਿਰ ਅਸੀਂ ਇਹ ਮਸ਼ੀਨਾਂ ਜਿਹੜੀਆਂ ਸ਼ਹਿਰਾਂ 'ਚ ਵਾੜਾਂਗੇ। ਅੱਛਾ, ਸ਼ਹਿਰਾਂ 'ਚ ਵਾੜੋਗੇ? ਜੇ ਤੁਸੀਂ ਹਾਈਵੇ ਜਾਮ ਕਰਨ ਦਾ ਨਹੀਂ ਸੋਚਿਆ, ਹਾਈਵੇ ਜਾਮ ਕਰਨਾ ਤੋਂ ਬਾਅਦ ਘਰੇ ਤਾਂ ਲੈ ਕੇ ਨਹੀਂ ਜਾਣਗੇ, ਇਹ ਘਰੇ ਤਾਂ ਲੈ ਕੇ ਨਹੀਂ ਜਾਣਗੇ, ਇਹ ਇੱਥੇ ਹੀ ਖੜੀਆਂ ਜੀ ਬਸ। ਆਹ ਦੇਖ ਲਓ ਦਰਸ਼ਕੋ, ਇਹਨਾਂ ਦੇ ਬਾਪੂ ਹੋਰੀ ਦੂਜੇ ਧਰਨੇ 'ਚ ਬੈਠੇ ਨੇ, ਜਿਹੜੇ ਸਰਕਾਰ ਨੇ, ਮੋਦੀ ਸਰਕਾਰ ਨੇ ਸਾਨੂੰ ਬਿੱਲ ਧੱਕੇ ਨਾਲ ਦੇ ਰਹੀ ਹੈ ਆਰਡੀਨੈਂਸ, ਤੇ ਮੁੰਡੇ ਮਸ਼ੀਨਾਂ ਲੈ ਕੇ ਸੜਕਾਂ ਤੇ ਬੈਠੇ ਨੇ, ਤੇ ਬਹੁਤ ਮੁਸ਼ਕਲ ਹੋਇਆ ਪਿਆ ਕਿਸਾਨਾਂ ਦਾ। ਇਹ ਸਰਕਾਰਾਂ, ਸਟੇਟ ਸਰਕਾਰ ਕਹਿੰਦੀ ਅਸੀਂ ਕਿਸਾਨ ਨੂੰ ਮਾਰ ਦਈਏ, ਤੇ ਇਹ ਤਾਂ ਪੰਜਾਬ ਸਰਕਾਰ ਦੇ ਹੱਥ 'ਚ ਹੈ, 50,000 ਰੁਪਇਆ ਚਲਾਨ ਹੈ ਜੇ ਮਸ਼ੀਨ ਬਿਨਾਂ ਇਸ ਸਮੇਂ ਤੋਂ ਫੜੀ ਜਾਵੇ, 75-30 ਲੱਖ ਰੁਪਇਆ। ਇਹ ਪਿਛਲੇ ਸਾਲ ਚੱਲੀ ਗਈ ਹੈ, ਕੋਈ ਦਿੱਕਤ ਨਹੀਂ ਸੀ ਪਿਛਲੇ ਸਾਲ ਵਿੱਚ ਕਰਿਆ ਜੀ ਆਪਣੇ? ਅੱਛਾ, ਹੁਣ ਤੁਹਾਡੀ ਯੂਨੀਅਨ ਬਣੀ ਹੋਈ ਆ? ਅੱਛਾ, ਬਠਿੰਡੇ ਮਾਨਸਾ ਦੋਨਾਂ ਜ਼ਿਲ੍ਹਿਆਂ ਦੀ ਪੂਰੀ ਸਟਰੋਂਗ ਯੂਨੀਅਨ ਬਣੀ ਹੋਈ ਆ? ਅੱਛਾ, ਯੂਨੀਅਨ ਜੇ ਕਿਤੇ ਕੱਲ ਨੂੰ ਮੰਨ ਲਓ ਕੋਈ ਚਲਾਣ ਹੁੰਦਾ ਜਾਂ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ, ਤਾਂ ਕਿਤੇ ਤੁਸੀਂ ਮਸ਼ੀਨਾਂ ਤਾਂ ਹੁਣ ਆਪਾਂ ਚਲਾਉਣਗੇ 5-7 ਦਿਨਾਂ ਨੂੰ ਕੰਮ ਚੱਲ ਪਊ, ਤੇ ਜੇ ਕਿਤੇ ਚਲਾਣ ਕਰਨ ਆਉਂਦਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਤਾਂ ਯੂਨੀਅਨ ਨਾਲ ਖੜੂਗੀ। ਅੱਛਾ, ਤੁਹਾਡਾ ਸਾਰਿਆਂ ਦਾ ਫੁੱਲ ਇੱਕ ਆ? ਠੀਕ ਹੈ ਜੀ, ਧੰਨਵਾਦ। ਅਸੀਂ ਤੁਹਾਡੀ ਗੱਲ ਪਹੁੰਚਾਉਣੀ ਸੀ ਆਮ ਕਿਸਾਨਾਂ ਨੂੰ, ਕੱਲ ਕੋਈ ਮੀਡੀਆ ਨੇ ਜ਼ਿਆਦਾ ਕਵਰੇਜ ਨਹੀਂ ਸੀਗੀ ਕਰੀ, ਤੇ ਇਸ ਹਾਂ ਦੇਖਣ ਨੂੰ ਨਹੀਂ ਮਿਲੀ, ਜੇ ਕੋਈ ਲੰਘਦਾ ਉਹਨੂੰ ਇਹ ਨਹੀਂ ਪਤਾ ਵੀ ਇਹ ਕਿਉਂ ਖੜੇ ਆ। ਠੀਕ ਹੈ, ਇਸ ਕਰਕੇ ਧੰਨਵਾਦ ਬਾਈ ਜੀ ਸਾਰਿਆਂ ਦਾ। ਹਾਂਜੀ ਦੋਸਤੋ, ਸੋਸ਼ਲ ਮੀਡੀਆ ਦੇ ਉੱਤੇ ਕਾਫੀ ਮਸ਼ਹੂਰ ਬਿੱਲਾ ਘੁੰਮਣ ਦੇ ਨਾਂ ਤੋਂ ਜਾਣੇ ਜਾਂਦੇ ਨੇ, ਇਹ ਖੇਤੀਬਾੜੀ ਵੀ ਕਰਦੇ ਨੇ ਤੇ ਕੰਪਾਈਨ ਆਪਰੇਟਰ ਵੀ ਨੇ, ਆਪਣੇ ਖੁਦ ਦੀਆਂ ਮਸ਼ੀਨਾਂ ਨੇ ਇਹਨਾਂ ਕੋਲੇ, ਤੇ ਮੇਰਾ ਖਿਆਲ ਸਾਰਾ ਜਿਹੜਾ ਧਰਨਾ ਉਹ ਵੀ ਇਹਨਾਂ ਨੇ ਆਰਗੇਨਾਈਜ਼ ਕੀਤਾ ਹੋਇਆ। ਅਸੀਂ ਇਸ ਟਾਈਮ ਖੜੇ ਹਾਂ ਬਠਿੰਡਾ ਮਾਨਸਾ ਦੀ ਹੱਦ ਤੇ, ਦੋਨਾਂ ਜ਼ਿਲ੍ਹਿਆਂ ਦੀਆਂ ਮਸ਼ੀਨਾਂ ਇੱਥੇ ਇਕੱਠੀਆਂ ਹੋਈਆਂ, ਜਿਵੇਂ ਤੁਹਾਨੂੰ ਅਸੀਂ ਪਹਿਲਾਂ ਦੱਸ ਕੇ ਹਟੇ ਹਾਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਸ਼ੀਨਾਂ ਨੇ। ਬਾਈ ਜੀ ਕੀ ਮੰਗ ਹੈ ਜੀ ਤੁਹਾਡੀ? ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਰਕਾਰ ਮੁਰ ਇੱਕੋ ਹੀ ਮੰਗ ਆ ਵੀ ਜੋ SMS ਦਾ ਸਾਡੇ ਸਿਰ ਇੱਕ ਵਾਧੂ ਦਾ ਖਰਚਾ ਮੜਿਆ ਗਿਆ, ਸਾਨੂੰ ਉਹ ਛੁਟਕਾਰਾ ਪਾਉਣ। ਇਹ ਚੀਜ਼ ਨਾ ਅੱਜ ਕਾਮਯਾਬ ਹੋਈ ਹੈ ਨਾ ਕੱਲ ਕਾਮਯਾਬ ਹੋਈ ਹੈ, 2016 ਤੋਂ ਲੱਗ ਰਹੇ ਨੇ ਪਰ ਇਹ ਕਾਮਯਾਬ 2020 ਚੜ ਗਿਆ ਅੱਜ ਤੱਕ ਹੋਏ ਨੇ। ਅੱਛਾ, ਪਿਛਲੇ ਸਾਲ ਕੋਈ ਚਲਾਨ ਵਗੈਰਾ ਕਰੇ ਇਹਨਾਂ ਨੇ? ਨਹੀਂ ਬਾਈ ਜੀ, ਕੋਈ ਚਲਾਨ ਨਹੀਂ ਕਰਿਆ ਪਿਛਲੀ ਵਾਰ। ਅੱਛਾ, ਆਰਾਮਦਾਰੀ ਨਾਲ ਮਸ਼ੀਨਾਂ ਚੱਲੀਆਂ ਗਈਆਂ। ਅੱਛਾ, ਕੋਈ ਚੱਕਰ ਨਹੀਂ, ਆਰਾਮ ਨਾਲ ਚੱਲਦੀਆਂ ਚੱਲਦੀਆਂ ਆਉਂਦੀਆਂ ਆਈਆਂ। ਸਿਰਫ ਹੁਣ ਇੱਕ ਡਰਾਬੇ ਮਾਰੀ ਜਾਂਦੇ ਅਸੀਂ ਐਂ ਕਰਦੇ ਹਾਂ, ਵਾਹ ਕਰ ਦਾਂਗੇ ਇਸ ਦੇ ਰੋਜ਼ ਦੇ ਵਿੱਚ ਹੀ ਅਸੀਂ ਆਹ ਮਸ਼ੀਨਾਂ ਖੜਾਈਆਂ। ਤੁਹਾਨੂੰ ਪਤਾ ਹਜ਼ਾਰਾਂ ਦੀ ਗਿਣਤੀ ਮਸ਼ੀਨਾਂ ਰੋਡ 'ਤੇ ਖੜੀਆਂ ਆ ਕੇ। ਮੇਨ ਅਸੀਂ ਦਰਸ਼ਕਾਂ ਤੱਕ ਪਹੁੰਚਾਉਣ ਵਾਸਤੇ ਗੱਲ ਕਰਾਂਗੇ, ਤੁਹਾਨੂੰ ਇਹ ਲਵਾਉਣ ਦੇ ਵਿੱਚ ਪ੍ਰੋਬਲਮ ਕੀ ਹੈ? ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਆ ਲਵਾਉਣ ਦੇ ਵਿੱਚ ਜੀ, ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਜਿਹੜੇ ਇੰਜਨ ਆ, ਤੁਸੀਂ ਆ ਟਰੈਕਟਰਾਂ ਕਿੰਨੀਆਂ ਇਧਰ ਮਾਰੋ, ਕਿੰਨੇ ਸਿਲੰਡਰ ਟਰੈਕਟਰ? 3 ਸਿਲੰਡਰ ਟਰੈਕਟਰ ਆ ਨਾ ਇਹ? 3 ਸਿਲੰਡਰ, 55 horsepower ਆ, ਠੀਕ ਹੈ ਨਾ ਜੀ। ਤੇ ਆਪਣਾ ਦੇਸ਼ ਕਰ ਲਿਆ ਰੀਸ, ਬਾਹਰਲੇ ਦੇਸ਼ ਦੀ ਵੀ ਅਸੀਂ ਡਿਜੀਟਲ ਇੰਡੀਆ ਬਣਾ ਦਈਏ। ਬਾਹਰਲੇ ਦੇਸ਼ ਦੇ ਵਿੱਚ ਬਾਈ ਜੀ ਘੱਟੋ ਘੱਟ ਗੱਡੀ ਜਿਹੜੀ ਕਾਰ ਆਪਾਂ ਹੁੰਡੇ ਲੈਣ ਵਾਲੀ ਹੁੰਦੀ ਆ, 8 ਸਿਲੰਡਰ ਹੁੰਦੀ ਹੈ, ਠੀਕ ਹੈ ਨਾ ਜੀ। ਤੇ ਉੱਥੋਂ ਵਾਲੀ ਮਸ਼ੀਨ ਘੱਟੋ ਘੱਟ 2000 horsepower ਇੰਜਨ ਹੁੰਦਾ ਗਾ, ਉੱਥੋਂ ਦੇਖ ਲੈਂਦੇ ਆ ਤੇ ਇੱਥੇ ਆ ਕੇ ਮੰਨ ਕੇ ਚੱਲ ਵੀ ਜਗਾੜ ਕਰਨ ਲੱਗ ਜਾਂਦੇ ਆ। ਪਹਿਲੀ ਗੱਲ ਤਾਂ ਮਸ਼ੀਨਾਂ ਨਹੀਂ ਖਰੀਦੀਆਂ ਬਾਈ ਜੀ, ਤੋੜ ਭੰਨ ਕਰਦੀਆਂ ਹੈਗੀਆਂ। ਤੇ ਬਾਲੀ ਗੱਲ ਕਿਹਦੇ ਮਾਂਗਰਲੇ ਪਾਸੇ ਜਾਂ ਜਗਾੜ ਲੱਗਿਆ, ਜੋ ਬਲੇਡ ਖੁੱਲ੍ਹ ਕੇ ਕੋਈ ਬੰਦਾ ਆਪਾਂ ਦੇਖੋ ਬੱਲੀਆਂ ਚੱਕੀ ਇਹਨਾਂ ਨੇ ਕਿਸੇ ਟਾਈਮ, ਆਪਾਂ ਮਾਂਗਰ ਆਪਣੇ ਬੰਦੇ ਉਰੇ ਵੜਦੇ ਹੁੰਦੇ ਆ, ਇਹਦਾ ਬਲੇਡ ਖੁੱਲ੍ਹ ਜੇ ਬੰਦਾ ਹੀ ਮਾਰ ਸਕਦਾ ਗਾ, ਸਾਨੂੰ ਤਾਂ ਮਸ਼ੀਨ ਵੇਚ ਕੇ ਰੁਪਏ ਦੇਣੇ ਪੈਣਗੇ। ਤੁਸੀਂ ਕੱਲ੍ਹ ਦੇ ਇੱਥੇ ਖੜੇ ਹੋ, ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਤੁਹਾਡੀ ਗੱਲਬਾਤ ਸੁਣਨ ਵਾਸਤੇ? ਪ੍ਰਸ਼ਾਸਨ ਦੇ ਅਧਿਕਾਰੀ ਕੱਲ੍ਹ ਆਏ ਨੇ ਜੀ, SP ਆਏ ਨੇ ਜੀ, DSP ਆਏ ਨੇ ਜੀ, SDM ਆਏ ਨੇ ਜੀ, ਦੋਵੇਂ ਪਾਸਿਆਂ ਦੇ। ਤੇ ਸਾਡੇ ਨਾਲ ਅੱਜ ਮੀਟਿੰਗ ਰੱਖੀ ਆ, 12 ਵਜੇ ਦੀ ਰੱਖੀ ਆ ਬਠਿੰਡਾ DC ਸਾਹਿਬ ਨੇ, ਤੇ 3 ਵਜੇ ਦੀ ਰੱਖੀ ਆ ਮਾਨ ਸਾਹਿਬ ਨੇ। ਜੇ ਤੁਹਾਡੀ ਗੱਲਬਾਤ ਨਹੀਂ ਸੁਣਵਾਈ ਹੁੰਦੀ, ਜੇ ਜੋ ਤੁਹਾਡੀਆਂ ਮੰਗਾਂ ਨਹੀਂ ਮੰਨਦੇ, ਤਾਂ ਤੁਸੀਂ ਫਿਰ ਅੱਗੇ ਕੀ ਕਰੋਗੇ? ਬਸ ਖੜੀਆਂ ਮਸ਼ੀਨਾਂ ਜੀ, ਲੰਗਰ ਸਾਡੇ ਕੋਲ ਆਈ ਜਾਂਦਾ ਗਾ ਆਰਾਮ ਨਾਲ। ਤਾਂ ਯੂਪੀ ਬਾਈ ਜੀ ਨਹੀਂ ਬਿੱਲਾ ਜੀ, ਪਏ ਰਹਿੰਦੇ 3-3 ਮਹੀਨੇ, ਪੰਜ ਸੱਤ ਦਿਨਾਂ ਨੂੰ ਵਾਢੀ ਸਟਾਰਟ ਹੈ, ਤੁਹਾਨੂੰ ਪਤਾ ਹੈ।
मान लो थोड़ी गल नहीं होंगी आपकी मंग से सरकार रड़ी है तो फिर आप इस तरह पार्टी बराथी बड़ा आ देने सरकार च दम हुआ जिम्मे मन के चलो इन्होंने कोई है कमाइना कमूना स्टैटियां जिन्होंने भेजिया एस एम एस ला के उन्होंने बढ़ा देने साडिया तो आ खड़िया फिर अच्छा कोई नहीं बढ़ते किसी की ठीक है जो सब किसान यूनियन डंडा चाड़े तो रिंगण गए दोस्तों इतने तुम देख सकते हो किसान यूनियन सारी सड़क ते बैठी हुई है आ नौजवान खड़े ने इन्हां दे प्यो जिहड़े मोदी ने स्यापा पाया उहदे च बैठे ने ते आप नौजवान आप दे लखां दे साधन लैके कल तो इत्थे सड़कां ते रातां कट रहे ने इह साडियां सरकारां स्टेट लेवल दी स्टेट दी सरकार भी ते सेंटर सरकार भी सानूं क्यों मारन ते उतरी हुई है की गल भाई जी किसान साथों बढ़ा के राजी नहीं दो तो ढाई क्विंटल किले दा नुकसान करदी आ सानूं 1000 रुपया मिलना ढाई क्विंटल का नुकसान किन्ना हो गया कितों पूरा कर देंगे फिर तेल मचाते फिर लोहा बेच के रुपये पूरे करांगे छोटे साथी लवा भी रहे ने लवा रहा जी वह मन के चलो जी कहते भेड़ आंदी है भेड़ के अख से फिडा मुद्दा मार दो मुन्नी चलो इधरले पासे सारिया उन्होंने कमाइना सारिया उन्होंने कमाइना गई जेडे लाते बस ला के फोटो पा दे लाता आपकी कमाइन से ला दें दिखा दें आपकी गलते सारे जने अड़े हुए नहीं लवा नारे मार दे कांग्रेस सरकार घटिया प्रशासन कान सिंह पन्नू मुर्दाबाद।